ਪਿੰਡ ਦੇ ਹੀ ਇੱਕ ਸ਼ਖਸ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਦੇ ਸਰਪੰਚ ਤੇ ਹਮਲਾ ਕੀਤਾ ਗਿਆ। ਉਸ ਦੇ ਮੁੰਡੇ ਦਾ ਵੀ ਟਾਈਮ ਚੱਕਿਆ ਗਿਆ। ਸਰਪੰਚ ਦੇ ਨਾਲ ਇੱਕ ਸਾਥੀ ਸੀ, ਉਸ ਦੀ ਵੀ ਕੁੱਟਮਾਰ ਕੀਤੀ ਗਈ। ਦਰਅਸਲ ਸਰਪੰਚ ਦੇ ਮੁਤਾਬਿਕ ਇਹ ਨਸ਼ਾ ਤਸਕਰ ਨੇ, ਪਿੰਡ ਦੇ ਵਿੱਚ ਇਹਨਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ। ਪੁਲਿਸ ਦੇ ਵੱਲੋਂ ਇਹਨਾਂ ਦੇ ਘਰ ਰੇਡ ਕੀਤੀ ਗਈ ਸੀ, ਤਾਂ ਇਸ ਤਸਕਰ ਨੂੰ ਲੱਗਿਆ ਕਿ ਸਰਪੰਚ ਦੇ ਵੱਲੋਂ ਇਹ ਐਕਸ਼ਨ ਕਰਵਾਇਆ ਗਿਆ। ਇਸ ਨੂੰ ਲੈ ਕੇ 20 ਦਿਨ ਪਹਿਲਾਂ ਧਮਕੀ ਦਿੱਤੀ ਗਈ ਸੀ ਕਿ ਮੈਂ ਲੱਤਾਂ ਤੋੜ ਦੇਵਾਂਗਾ। ਤਾਂ ਹੁਣ ਸਰਪੰਚ ਅਤੇ ਉਸਦੇ ਸਾਥੀ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਪੂਰੀ ਵਿਉਂਤ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੱਟਮਾਰ ਮੌਕੇ ਸਰਪੰਚ ਦੀ ਉਂਗਲ ਵੀ ਵੱਢ ਦਿੱਤੀ। ਤਸਵੀਰਾਂ ਹੌਸਪੀਟਲ ਦੀਆਂ ਨੇ, ਜਿੱਥੇ ਸਰਪੰਚ, ਉਸਦਾ ਮੁੰਡਾ ਅਤੇ ਉਸਦਾ ਸਾਥੀ ਦਾਖਲ ਨੇ, ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਮਾਮਲਾ ਫਾਜ਼ਿਲਕਾ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ। ਕੁੱਟਮਾਰ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਰੀਲ ਵੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਕਾਪੇ ਹਥਿਆਰ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਨੇ। ਬਾਈਕ 'ਤੇ ਸਵਾਰ ਹੋ ਕੇ ਆਏ ਸੀ, ਤਾਂ ਇਹਨਾਂ ਦੇ ਵੱਲੋਂ ਕਾਪਿਆਂ ਦੇ ਨਾਲ ਸਰਪੰਚ ਅਤੇ ਉਸਦੇ ਸਾਥੀ 'ਤੇ ਹਮਲਾ ਕੀਤਾ ਗਿਆ। ਮੁੰਡੇ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਸਰਪੰਚ ਗੁਲਸ਼ੇਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਫਸਲ ਦਿਖਾਉਣ ਦੇ ਲਈ ਸੰਦੀਪ ਸਿੰਘ ਨੂੰ ਲੈ ਕੇ ਜਾ ਰਿਹਾ ਸੀ। ਵਾਪਸ ਪਰਤਦੇ ਸਮੇਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਸਰਪੰਚ ਦੇ ਬਿਆਨਾਂ ਤੋਂ ਬਾਅਦ ਇਹਨਾਂ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਤ ਨੂੰ ਜੀ ਸਰ ਅਸੀਂ ਆ ਰਹੇ ਸੀ, ਠੀਕ ਹੈ, ਪਾਪਾ ਜੀ ਆ ਰਹੇ ਸੀ, ਰਸਤੇ ਸਾਨੂੰ ਘੇਰ ਲਿਆ 5-7 ਮੁੰਡਿਆਂ ਨੇ, ਠੀਕ ਹੈ, ਕੋਈ ਗੱਡੀ ਦੀ ਤੋੜ ਫੋੜ ਕੀਤੀ, ਠੀਕ ਹੈ, ਅਤੇ ਮਤਲਬ ਵਾਹਵਾ ਕੁੱਟਿਆ ਕੱਟਿਆ ਸਾਨੂੰ, ਠੀਕ ਹੈ, ਦਸ 12 ਮੁੰਡਿਆਂ ਨੇ, ਠੀਕ ਹੈ, ਵਾਹਵਾ ਜਣੇ ਨੇ, ਅਤੇ ਉਹ ਰਾਤ ਨੂੰ ਮਸਲਾ ਖਤਮ ਹੋ ਗਿਆ ਸੀ, ਠੀਕ ਹੈ, 50-60 ਮੁੰਡਾ ਰਾਤ ਨੂੰ ਘਰ ਆਏ ਸੀ। ਹੁਣ ਮੈਂ ਅੱਜ ਸਵੇਰੇ ਤੜਕੇ ਇੱਥੇ ਆਇਆ ਸੀ ਰੋਟੀ ਦੇਣ, ਰੋਟੀ ਦੇ ਕੇ ਦੁਬਾਰਾ ਮੈਂ ਚਾਹ ਲੈਣ ਚੱਲਿਆ ਸੀ, ਦੁਬਾਰਾ ਮੈਨੂੰ ਰਸਤੇ ਫਿਰ ਘੇਰ ਲਿਆ 5-6 ਮੁੰਡਿਆਂ ਨੇ, ਆਹ ਮੇਰੇ ਰੱਸੀਆਂ ਮਾਰੀਆਂ ਨੇ, ਗਲਾ ਘੁੱਟੀ ਰੱਖਣ ਮੇਰੇ ਆਹ ਪਿੱਛੇ, ਠੀਕ ਹੈ, ਮੈਨੂੰ ਜਾਨੂ ਮਾਰਦਾ, ਕਹਿੰਦੇ ਤੈਨੂੰ ਜਾਨੂ ਮਾਰ ਦੇਣਾ, ਠੀਕ ਹੈ, ਤੁਸੀਂ ਦਾਖਲ ਨਾ ਹੋਏ ਨੇ, ਤੂੰ ਜਾਨੂ ਮਾਰਨਾ ਹੈ। ਫਿਰ ਮੈਂ ਮਤਲਬ ਕੋਈ ਔਖੀ ਥੋਕੀ ਕਰਕੇ, ਠੀਕ ਹੈ, 5-6 ਮੁੰਡਿਆਂ ਛਡਾ ਕੇ ਮੈਨੂੰ ਫਿਰ ਮੈਂ ਇੱਥੇ ਆ, ਤਾਂ ਮੁੰਡੇ 'ਚ ਆ ਕੇ ਐਡਮਿਟ ਹੋਇਆ। ਰਾਤ ਨੂੰ ਮੈਡਿਟ ਵੀ ਨਹੀਂ ਹੋਇਆ ਸੀ, ਰਾਤ ਮੇਰੀ ਉਂਗਲ ਉਹਨੇ ਫ੍ਰੈਕਚਰ ਕਰਤੀ ਸੀ, ਫਿਰ ਵੀ ਨਹੀਂ ਹੋਇਆ। ਸਵੇਰੇ ਫਿਰ ਅਟੈਕ ਕੀਤਾ ਸੀ ਮੈਂ ਪਿੱਛੇ ਆ ਗੰਡਾਸੀ ਮਾਰੀ ਨੇ ਮੇਰਾ ਮੋਢੇ ਦਰਦ ਸਵੇਰੇ ਐਕਸਟਰਾਮਾਂਗੇ ਮੈਮ ਕਹਿ ਕੇ ਗਿਆ ਸੀ ਇੱਕ ਵੀਡੀਓ ਤੁਸੀਂ ਵਿਖਾ ਰਹੇ ਹੋ ਕੀ ਵੀਡੀਓ ਕੀ ਹੈ ਉਹ ਸਰ ਰਾਤ ਨੂੰ ਆ ਕੇ ਗੁੰਡਾਗਰਦੀ ਫੈਲਾਉਂਦੇ ਸੀ ਰਾਤ ਨੂੰ
ਕਿਹੜੀ ਹੋਵੇਗੀ ਇਹ? ਸਾਨੂੰ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਸਾਡੀ ਕਾਰਵਾਈ ਨਿਯੰਤਰਿਤ ਕੀਤੀ ਜਾਵੇ, ਠੀਕ ਹੈ, ਸਖ਼ਤ ਸਖ਼ਤ ਕੀਤੀ ਜਾਵੇ। ਅਸੀਂ ਸਰ 3 ਜਣੇ ਦਾਖਲ ਹਾਂ। ਕੌਣ ਕੌਣ? ਇੱਕ ਮੇਰੇ ਫਾਦਰ ਸਾਹਿਬ ਹੈਗੇ ਨੇ, ਇੱਕ ਮੈਂ, ਇੱਕ ਚਾਚੂ ਸਾਹਿਬ ਨੇ ਕੰਬੋਜ ਲਾਦੂਗਾ ਤੋਂ। ਮੇਰਾ ਨਾਮ ਜੀ ਗੁਲਸ਼ੇਰ ਸਿੰਘ, ਸਰਪੰਚ ਨਵਾਂ ਸਦਾ। ਕੀ ਮਾਮਲਾ ਹੈ ਜੀ? ਸਰ ਮਾਮਲਾ ਤਾਂ ਕੋਈ ਖਾਸ ਮਾਮਲਾ ਨਹੀਂ ਸੀ, ਅਸੀਂ ਸਰ ਖੇਤ ਗਏ ਸੀ, ਮੇਰਾ ਨਾਂ ਸੰਦੀਪ ਚੌਧਰੀ ਸੀ, ਮੈਂ ਝੋਨਾ ਦਿਖਾਉਣ ਗਿਆ, ਮੈਂ ਝੋਨਾ ਦੇਖਿਆ ਜੀ ਵੀ ਨਾਲੀ ਕੇਰੀ ਝੋਨਾ ਉੱਗਿਆ ਨਹੀਂ ਉੱਗਿਆ, ਪਾਣੀ ਲਾਉਣਾ ਸੀ ਸਰ। ਅਸੀਂ 7:30 ਕੁ ਕਰੀਬ ਅਸੀਂ ਵਾਪਸੀ ਆ ਰਹੇ ਸੀ, ਰਸਤੇ ਵਿੱਚ ਸਰ ਟਾਣੀ ਹੈ ਅਤੇ ਉੱਥੇ ਅਸੀਂ ਖੜ੍ਹ ਗਏ ਸੀ, ਅਤੇ ਜਿਹੜਾ ਮਨਪ੍ਰੀਤ ਨਿਕਲੀ ਔਰ ਉਹਦਾ ਮੱਖਣ ਸਿੰਘ ਨਾਨਾ ਜੀ, ਉਹਨਾਂ ਸਕੂਟਰ ਅੱਗੋਂ ਲਾਤਾ, ਕਹਿੰਦੇ ਰਸਤਾ ਦਿੱਤਾ। ਅਸੀਂ ਕਿਹਾ ਵੀ ਰਸਤਾ ਤੁਹਾਨੂੰ ਦਿੱਤਾ ਅੰਕਲ ਜੀ, ਵੀ ਤੁਸੀਂ ਜਾਓ ਕਰਨ ਨੂੰ। ਉਹਨੇ ਮੈਨੂੰ ਗਾਲਾਂ ਕੱਢੀਆਂ, ਮੈਂ ਕਿਹਾ ਯਾਰ ਹੱਥ ਜੋੜੇ, ਮੈਂ ਕਿਹਾ ਵੀਰ ਜੀ ਤੁਸੀਂ ਘਰੇ ਜਾ ਸਕਦੇ ਹੋ ਕਿ ਮੈਂ ਤੁਹਾਡੇ ਕੋਲ ਦੁਸ਼ਮਣੀ ਨਹੀਂ। ਬਸ ਉਹਨੇ ਬਹਾਨਾ ਬਣਾ ਕੇ ਅਤੇ ਮੇਰੇ ਉਹਨੇ ਗੁਲਵਿੰਦ ਫੜਿਆ, ਇੱਥੋਂ ਫੋਟੋਆਂ ਕਰਨ ਲੱਗ ਪਏ।
ਮੇਰੇ ਮੁੰਡੇ ਦੇ ਗੱਲ ਪੈ ਗਏ ਮਗਰੋਂ ਮਗਰੋਂ ਜਿਹੜੇ ਮੁੰਡੇ ਆ ਕੋਈ 25 ਮੁੰਡੇ ਮੰਗਾ ਲਿਓ, ਉਵੇਂ ਮੁੰਡੇ ਕਿਤੇ ਬੈਠੇ ਸੀ, ਇਹਨਾਂ ਦਾ ਪ੍ਰੋਗਰਾਮ ਸੀ ਲੜਾਈ ਕਰਨ ਦਾ, ਮੇਰਾ ਨਹੀਂ ਸੀ। ਉਹ ਆ ਕੇ ਸਾਡੇ ਗੱਲ ਪੈ ਕੇ ਮੇਰੇ ਮੁੰਡੇ ਨੂੰ ਮਾਰਿਆ, ਮੈਨੂੰ ਮਾਰਿਆ ਅਤੇ ਇਹ ਸੰਦੀਪ ਨੂੰ ਮਾਰਿਆ। ਪਤਾ ਨਹੀਂ ਲੱਗਿਆ ਮੈਨੂੰ ਉਹਨੂੰ ਕਾਪਾ ਮਾਰਿਆ, ਸਿੱਧਾ ਹੱਥ ਮਾਰਿਆ, ਮੈਨੂੰ ਪਤਾ ਨਹੀਂ ਲੱਗਿਆ ਮਾਰਿਆ। ਮੈਨੂੰ ਇਹ ਪਤਾ ਮਨਦੀਪ ਅਸੀਂ ਜਿਹੜਾ ਮੰਨੀ ਜਿਹੜਾ ਨਸ਼ੇ ਦਾ ਕੰਮ ਕਰਦਾ ਸੀ। ਕੁੱਲ ਮਿਲਾ ਕੇ ਸਾਰਾ ਜਿਹੜਾ ਮਾਮਲਾ ਹੈ ਨਸ਼ੇ ਦਾ, ਪੰਜਾਬ ਪੁਲਿਸ ਜਿਹੜੀ ਇਹਨਾਂ ਪੂਰੀ ਨਸ਼ੇ 'ਤੇ ਨੱਥ ਪਾ ਰਹੀ ਹੈ, ਉਹ ਪੁਲਿਸ ਰੇਟ ਮਾਰਿਆ ਉਹਦੇ ਘਰੇ, ਉਹਦੇ ਨਾਲ ਸ਼ੱਕ ਕਰਦਾ ਮੇਰੇ 'ਤੇ ਵੀ ਕੋਈ ਸ਼ੇਅਰ ਨੇ ਰੇਟ ਕਰਾਇਆ, ਉਹਦੇ ਕਾਰਨ ਮੇਰੇ ਨਾਲ ਜਿਹੜੇ ਰੰਜਿਸ਼ ਰੱਖਦਾ। ਚਿੱਟੇ ਵੇਚਦੇ ਅਨੁਸਾਰ ਇਹਨੂੰ ਹੋ ਗਏ 10 ਸਾਲ, ਕੋਈ ਪ੍ਰੋਪਰਟੀ ਨਹੀਂ ਸੀ, ਮਰਲਾ ਵੀ ਦਿਹਾੜੀ ਕਰਦੇ ਸੀ, ਅੱਜ ਕੋਠੀ ਪਾ ਲਈ, 4 ਕਿੱਲੇ ਜ਼ਮੀਨ ਗਹਿਣੇ ਲੈ ਲਈ, ਔਰ ਪੈਸਾ ਪ੍ਰੋਪਰਟੀ ਵੀ ਹੈ, ਪਿਸਟਲ ਵੀ ਹੈ, ਸਾਰਾ ਕੁਛ ਦੁਕਾਇਆ, ਅਤੇ ਅੱਜ ਤੱਕ ਉਹਦੀ ਕਾਰ ਵੀ ਨਹੀਂ ਹੋਈ। CA ਨੇ ਕਿੰਨਿਆਂ ਵਾਰ ਫੜਿਆ ਪਰ ਨਾ ਛੱਡਤਾ ਉਹਦੇ ਮਾਮਲੇ ਬਾਰੇ, ਜਿਹੜਾ ਮੇਰਾ ਉਹਨਾਂ ਨੂੰ ਨੁਕਸਾਨ ਕੀਤਾ, ਉਹਨੂੰ ਕੁੱਟਮਾਰ ਕੀਤੀ ਮੈਡਮ। ਕਿੰਨੇ ਵਜੇ ਦਾ ਵਕਤ ਹੈ ਜੀ? ਸਾਡੇ ਕਰੀਬ 7 ਵਜੇ ਕਰੀਬ ਵਕਤ ਹੈ। ਸਰ ਪਹਿਲਾਂ ਵੀ ਰੌਲਾ ਪਿਆ ਸਰ, ਇਹੀ ਰੌਲਾ ਮੈਨੂੰ ਮੈਸੇਜ ਲੱਗਿਆ ਮੈਨੂੰ ਨਿਕਲੀ ਨੇ, ਜਿਹੜਾ ਮਨ ਮੈਂ ਨਿਕਲੀ, ਗਾਲਾਂ ਕੱਢੀਆਂ ਮੈਂ ਲੱਤਾਂ ਤੋੜਨੀਆਂ ਸਰਪੰਚ ਸਾਹਿਬ ਦੀਆਂ, ਅਤੇ ਮੇਰੇ ਜਿੱਥੇ ਚੱਲ ਗਿਆ ਉਹ ਜਿਹੜਾ ਉਹਨਾਂ ਟਾਈਮ ਪੂਰਾ ਕਰ ਲਿਆ, ਉਹਨੇ ਤੋੜ ਦਿਆਂ ਲੱਤਾਂ। ਇਹ ਮਨ ਮੈਂ ਨਿਕਲੀ ਨੇ, ਪਹਿਲਾਂ ਕਿਹਾ ਸੀ ਇਹ ਅੱਜ ਤੋਂ ਪਹਿਲਾਂ 20 ਕੁ ਦਿਨ ਗੱਲ ਪਹਿਲਾਂ ਕਿਹਾ ਸੀ, ਵਾਟਰ ਬਾਕਸ ਸਫਾਈ ਕਰ ਲਾਂਗੇ ਉੱਥੇ ਕਿਹਾ ਸੀ। ਹਾਂ ਮੈਨੂੰ ਕਿਹਾ ਸੀ ਅੰਦਰ ਸਰਪੰਚ ਦੀਆਂ ਲੱਤਾਂ ਤੋੜਦੀਆਂ ਨੇ, ਬਸ ਰੰਜਸ ਵਜੇ ਵੀ ਨਸ਼ਾ ਵੇਚਦੇ ਸੀ, ਮੈਂ ਰੋਕਦਾ ਸੀ, ਮੈਂ ਰੋਕਦਾ ਕੀ ਸੀ, ਕਾਰਨ ਮੇਨ ਆ ਨਸ਼ੇ ਦਾ, ਉਹ ਚਿੱਟਾ ਵੇਚਦਾ ਅਤੇ ਪੁਲਿਸ ਆਉਂਦੀ ਵਾਰ ਵਾਰ, ਉਹ ਰੋਟੀ ਰੋਟੀ ਮੇਰੇ ਖਾਂਦੀ ਆਦਤ, ਜਿਵੇਂ ਚੰਡੀਗੜ੍ਹ ਤੋਂ ਪੁਲਿਸ ਆ ਗਈ ਉਹਨੇ ਰੋਟੀ ਮੰਗਾ ਲਈ, ਤਾਂ ਸ਼ੱਕ ਕਰਦਾ ਸੀ, ਫਿਰ ਇਹਨੇ ਮੰਗਾਈ ਪੁਲਿਸ, ਆਹ ਵਜ੍ਹਾ ਨਸ਼ੇ ਦੇ ਵਜ੍ਹਾ, ਹੋਰ ਕੋਈ ਵਜ੍ਹਾ ਨਹੀਂ। ਕਿੰਨੇ ਲੋਕ ਸੀਗੇ ਜਿਹਨਾਂ ਨੇ ਤੁਹਾਡੇ 'ਤੇ ਹਮਲਾ ਕੀਤਾ? ਸਰ ਲੋਕ ਸੀ ਪਹਿਲਾਂ ਸੀ ਇਹ 2, ਉਸ ਤੋਂ ਬਾਅਦ 15-16 ਮੁੰਡੇ ਆ ਗਏ, ਉਸ ਤੋਂ ਬਾਅਦ 40-50 ਆ ਗਿਆ, 16-17 ਮੁੰਡੇ ਸਰ ਕੁੱਟਣ ਲੱਗੇ ਸੀ ਤਿੰਨਾਂ ਜਣਿਆਂ ਨੂੰ। ਕਿੱਥੋਂ ਕਿੰਨੇ ਮੁੰਡੇ? ਮੁੰਡੇ ਸਰ ਮੇਰੇ ਪਿੰਡ ਦੇ ਸੀ, ਬਾਕੀ ਬਾਹਰ ਦੇ ਸੀ, ਮੈਂ ਬਾਹਰ ਦੇ ਬੰਦੇ ਨੇ ਖਾਏ, ਜਿਹੜੇ ਸਹੀ ਬੰਦੇ ਸੀ ਪਿੰਡ ਦੇ ਮੈਂ ਉਹ ਲਿਖਾਏ ਨੇ, ਅਣਖਾਤੇ 3-4 ਲਿਖਾਏ ਨੇ, ਬਾਕੀ ਉਹ ਕਵਰ ਹੋ ਜਾਣਗੇ ਜੇ ਕਿਹੜਾ ਬੰਦਾ ਗਲਤ ਕਿਹੜਾ ਸਹੀ ਹੈ। ਕਿੰਨੇ ਬੰਦੇ ਨੇ ਤੁਸੀਂ ਨਾਲ ਲਿਖਾਏ ਨੇ? ਅਸੀਂ ਜੀ 9 ਬੰਦੇ ਨਾਲ ਲਿਖਾਏ ਨੇ। ਅਤੇ ਉਹ ਹੁਣ ਪੁਲਿਸ ਆਈ ਹੈ ਤੁਹਾਡੇ ਕੋਲ ਜੀ? ਸਰ ਪੁਲਿਸ ਨੇ ਬਿਆਨ ਲੈ ਲੈਣੇ ਬਿਆਨ, ਅਤੇ ਪੁਲਿਸ ਨੇ ਜਿਹੜੀ ਆਪਦੀ ਕਾਰ ਵੀ ਜਿਹੜੀ ਬਣਦੀ ਕਰਤੀ ਹੈ। ਇਹ ਮੁੰਡਾ ਉਹਨਾਂ ਬਣਾਈ ਵੀਡੀਓ ਰਾਤ ਨੂੰ, ਉਹਨਾਂ ਸਾਨੂੰ ਸਟੇਟਸ ਮੁੰਡੇ ਨੂੰ ਪਾਉਂਦਾ ਵੀ ਅਸੀਂ ਚੱਲੇ ਹਾਂ ਰਾਤ ਨੂੰ, ਸਰ ਸਾਡੇ ਘਰੇ ਨਾ 40-50 ਮੋਟਰਸਨ ਲੈ ਕੇ ਅਤੇ ਬੜਕਾ ਮਾਰਦੇ, ਗੰਦੀਆਂ ਗਾਲਾਂ ਪਿੰਡ ਨੂੰ ਕੱਢ ਦੇਣੇ, ਪਿੰਡ ਬੰਦੇ ਬੋਲੇ ਵੀ ਆ ਵੀ ਤੁਸੀਂ ਸਾਨੂੰ ਗਾਲਾਂ ਕੱਢੋ ਤੁਸੀਂ ਫਿਰ ਜਾਓ, ਰਾਤ ਤਾਂ ਸਾਡੇ ਘਰ ਹਮਲਾ ਕਰਨ ਲੱਗੇ ਨੇ ਪਰ ਬਚਤ ਹੋ ਗਈ ਸੀ, ਗੇਟ ਲਾ ਲੈਣੇ। ਹਾਂ ਜਾਂਦੇ ਵੀਡੀਓ ਬਣਾਈ ਆਪਦੀ। ਬਸ ਇਹੀ ਵੀ ਬਦਮਾਸ਼ੀ ਕਰ ਰਹੇ ਨੇ, ਸਿੱਠ ਗੰਦੇ ਗਾਣੇ ਲਾ ਕੇ ਵੀ ਧਮਕਾਉਂਦੇ ਹੋ, ਪਰ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਇਹਨਾਂ ਦੀ ਕਾਰ ਵੀ ਬਣਦੀ ਕਾਰ ਵੀ ਕੀਤੀ ਜਾਵੇ, ਪ੍ਰਸ਼ਾਸਨ ਨੇ ਬਣਦੀ ਕਾਰ ਵੀ ਕਰਤੀ, ਸਾਨੂੰ ਪ੍ਰਸ਼ਾਸਨ ਦੇ ਬਹੁਤ ਵਧੀਆ ਚੰਗਾ ਲੱਗਿਆ ਕਿ ਸਾਡੀ ਨਾਲ ਲੱਗਦੀ ਜਿਹੜੀ ਕਾਰ ਵੀ ਕਰਤੀ ਹੈ। ਕਾਰ ਵੀ ਸਰ ਜਿਹੜਾ ਪਰਚਾ ਜਿਹੜਾ ਬਣਦਾ ਸੀ ਉਹ ਜਿਹੜਾ ਮੈਂ ਪੰਜਾਬ ਪੁਲਿਸ ਨੇ ਕਰਤਾ, ਕਿਉਂਕਿ ਇੱਕ ਸਰਪੰਚ 'ਤੇ ਹਮਲਾ ਹੋ ਗਿਆ ਅਤੇ ਆਮ ਜਿਹੜੇ ਨਾਗਰਿਕ ਜਿਹੜੇ ਆਮ ਲੋਕ ਨੇ ਉਹਨਾਂ ਵਿਚਾਰਾਂ ਗਰੀਬਾਂ ਦਾ ਕੀ ਬਣੇਗਾ? ਜਿਹੜਾ ਬੰਦਾ ਮੁਖੀ ਤੋਂ ਨਹੀਂ ਡਰ ਸਕਦਾ ਪਿੰਡ ਦਾ ਕਿ ਮੌਤ ਬਰ ਬੰਦਾ ਹੈ, ਕਿਉਂ ਮੈਂ ਇਸ ਏਰੀਏ ਵਿੱਚ ਕਾਫੀ ਬੰਦਿਆਂ ਨੂੰ ਲੋਕ ਜਾਣਦੇ, ਅੱਜ ਮੈਨੂੰ ਲੋਕ ਮਿਲਣ ਲਾਏ ਨਾ, ਮੈਨੂੰ ਬੜੀ ਖੁਸ਼ ਹੋਈ ਕਿ ਲੋਕ ਮੈਨੂੰ ਮਿਲਣ ਆਏ ਨੇ ਵੀ ਮੇਰਾ ਪਿਆਰ ਹੈ ਲੋਕਾਂ ਨਾਲ, ਪਰ ਕਾਰਨ ਜਿਹੜੇ ਆ ਗੁੰਡਾਗਰਦੀ ਸਰ ਇਹ ਬੰਦ ਹੋਣ 'ਚ ਬਹੁਤ ਜ਼ਰੂਰੀ ਹੈ, ਜਿਹੜੇ ਕਾਪੇ ਚਲਾਉਂਦੇ ਆ ਸ਼ਹਿਰਾਂ ਵਿੱਚ ਡਾ ਲਿਆ ਕਿਸੇ ਨੂੰ, ਕਿਸੇ ਪੈਸੇ ਲੁੱਟ ਖੋ ਕਰ ਲਈ, ਹਰੇਕ ਪਿੰਡ 'ਚ ਕੰਮ ਇਹ ਸਰ ਬੰਦ ਹੋਣਾ ਚਾਹੀਦਾ ਬਹੁਤ ਜ਼ਿਆਦਾ। ਜਿਹੜੇ ਮੁੰਡਿਆਂ ਦਾ ਤੁਸੀਂ ਨਾਂ ਲੈ ਰਹੇ ਜੇ ਨਸ਼ੇ ਦਾ ਨਾਮ ਲੈ ਰਹੇ, ਉਹਨਾਂ 'ਤੇ ਪਹਿਲੇ ਕੋਈ ਮਾਮਲੇ ਦਰਜ ਨੇ? ਸਰ ਹੈਗੇ ਆ। ਅੱਛਾ, ਕਿੰਨੇ ਕੁ ਮਾਮਲੇ ਨੇ? ਸਰ ਇੱਕ ਪਰਚਾ ਮਨਪ੍ਰੀਤ ਨਿਗੜੀ ਦੇ, ਇੱਕ ਉਹਦੇ ਫਾਦਰ ਦੇ। ਅੱਛਾ, ਨਸ਼ੇ ਦੇ ਜੀ? ਨਸ਼ੇ ਦੇ ਸਰ। ਮੇਨ ਤਾਂ ਇਹ ਹੈ ਜਿਹੜਾ ਸੂਰਤੀ ਹੈ ਨਾ ਮਾਤਮ ਨਗਰ ਵਾਲਾ, ਸੂਰਤੀ ਦੇ ਨਾਲ ਇਹ ਜੁਆਇੰਟ ਸੀ ਮਨਪ੍ਰੀਤ ਨਿਗੜੀ, ਅਤੇ ਇਹ 2-3 ਮੁੰਡੇ ਜਿਹੜੇ ਉਹਦੇ ਨਾਲ ਨਜ਼ਦੀਕੀ ਸੀ, ਇਹ ਕੰਮ ਕਰਦੇ ਸੀ। ਮੇਰਾ ਨਾਮ ਵੀਰ ਜੀ ਸੰਦੀਪ ਕੁਮਾਰ। ਅੱਛਾ, ਕੀ ਮਸਲਾ ਹੋਇਆ ਜੀ? ਮਸਲਾ ਸਰ ਇਹ ਸਰਪੰਚ ਸਾਹਿਬ ਨੇ ਮੈਨੂੰ ਫੋਨ ਕਰਿਆ ਕਿ ਚੋਣਾਂ ਦੇਖ ਕੇ ਆਉਣਾ ਆਪਣਾ, ਚੋਣਾਂ ਪਹਿਲਾਂ ਮੈਂ ਹੀ ਬੀਜਿਆ ਸੀ ਇਹਨਾਂ ਦਾ, ਅਤੇ ਟਰੈਲ ਬੀਜੀ ਸੀ ਚੋਣੇ ਦੀ, ਸਿੱਧੀ ਬਿਜਾਈ ਕਰੀ ਸੀ।
ਅਤੇ ਸਰਪੰਚ ਸਾਹਿਬ ਕਹਿੰਦੇ ਵੀ ਚੋਣਾਂ ਦੇਖ ਕੇ ਆਉਣਾ ਵੀ ਮੈਂ ਕਿਹਾ ਚਲੋ ਕੋਈ ਨਹੀਂ ਸਰਪੰਚ ਸਾਹਿਬ ਮੈਂ ਸ਼ਾਮ ਨੂੰ ਆ ਜਾਵਾਂਗਾ ਵੀ ਖੇਤ ਆਪਦਾ ਕੰਮ ਸੀ ਮੈਂ ਆਪਦਾ ਕੰਮ ਕਰਵਾ ਕੇ ਫਿਰ ਆ ਜਾਵਾਂਗਾ ਸ਼ਾਮ ਨੂੰ ਫਿਰ ਮੈਂ ਆਪਦੀ ਗੱਡੀ ਲੈ ਕੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਅਤੇ ਨਾਲ ਚੋਣਾਂ ਵੇਖ ਕੇ ਵਾਪਸ ਆਉਂਦੇ ਪਏ ਸੀ ਫਿਰ ਉੱਥੇ ਨਾਲ ਇੱਥੇ ਇੱਕ ਮੇਲਾ ਲੱਗਦਾ ਬਾਬੇ ਦੀ ਕੁੱਟੀ ਸਰਪੰਚ ਸਾਹਿਬ ਕਹਿੰਦੇ ਵੀ ਆਪਾਂ ਉੱਥੇ ਮੱਥਾ ਟੇਕ ਕੇ ਆਉਣਾ ਅਤੇ ਕੁਛ ਵੀ ਦੇ ਕੇ ਆਉਣਾ ਵੀ ਅਤੇ ਅਸੀਂ ਉੱਧਰ ਮੁੜਨ ਲੱਗੇ ਅਤੇ ਨਾ ਮੋਟਰਸਾਈਕਲ ਅੱਗੋਂ ਮੁੰਡੇ ਸੀਗੇ ਨਿਕੜੀ ਨਿਕੜੀ ਉਹਨਾਂ ਮੋਟਰਸਾਈਕਲ ਅੱਗੋਂ ਲਾ ਤਾ ਅਤੇ ਮੈਂ ਥੱਲੇ ਉਤਰਿਆ ਮੈਂ ਉਹਨੂੰ ਮਿਹਨਤ ਕੀਤੀ ਮੈਂ ਕਿਹਾ ਵੀਰੇ ਜੇ ਤੁਹਾਡਾ ਕੋਈ ਹੈ ਤਾਂ ਵੀ ਬਾਅਦ ਵਿੱਚ ਤੁਸੀਂ ਕਰ ਲਿਆ ਜੇ ਹੁਣ ਵੀ ਤੁਸੀਂ ਨਾ ਲੜੋ ਐਵੇਂ ਕਹਿੰਦੇ ਨਹੀਂ ਤੂੰ ਬਸ ਤੇਰੀ ਕੋਈ ਲੜਾਈ ਨਹੀਂ ਸਾਡੀ ਸਰਪੰਚ ਨਾਲ ਲੜਾਈ ਹੈ ਕਿ ਅਤੇ ਇੰਨੇ ਨੂੰ ਇਹਨਾਂ ਦੇ ਪਿੱਛੋਂ ਮੋਟਰਸਾਈਕਲ ਆ ਗਿਆ ਮੋਟਰਸਾਈਕਲ 10-12 ਮੋਟਰਸਾਈਕਲ ਸੀ ਅਤੇ ਉਹਨਾਂ ਦੇ 5-6 4-4 ਬੰਦੇ ਬੈਠੇ ਹੋਏ ਸੀਗੇ ਉਹਦਾ ਸਾਰ ਉਹਨਾਂ ਸਰਪੰਚ ਨੂੰ ਕੁੱਟਿਆ ਅਤੇ ਮੈਨੂੰ ਵੀ ਸਾਈਡ 'ਤੇ ਕਰਕੇ ਮੈਨੂੰ ਵੀ ਖਿੱਚ ਕੇ ਥੱਲੇ ਸੱਟ ਲਿਆ ਆਹ ਮੇਰੇ ਵੀ ਪਿੱਛੇ ਮਾਰੀਆਂ ਸੋਟੀਆਂ ਸਾਟੀਆਂ ਅਤੇ ਆਹ ਪੈਰ 'ਤੇ ਇੱਟ ਮਾਰੀ ਹੈ ਫ੍ਰੈਕਚਰ ਹੋ ਗਿਆ ਪੈਰ ਜੀ ਅਤੇ ਬਹੁਤ ਮੁਸ਼ਕਿਲ ਚੜਾਇਆ ਫਿਰ ਅਸੀਂ ਛੁੱਟ ਕੇ ਅਤੇ ਗੱਡੀ ਮੇਰੀ ਸੀ ਅਸੀਂ ਸਰਪੰਚ ਸਾਹਿਬ ਤੋਂ ਮੁੰਡੇ ਨੂੰ ਪਹਿਲਾਂ ਲੱਗ ਕੇ ਮੋਟਰਸਾਈਕਲ 'ਤੇ ਪੇਤਾ ਅਤੇ ਪਿੱਛੋਂ ਮੈਂ ਆਪਦੀ ਗੱਡੀ ਲੈ ਕੇ ਨਿਕਲਿਆ ਅਤੇ ਇਹਨਾਂ ਪਿੱਛੋਂ ਸਾਰੀ ਗੱਡੀ ਮੇਰੀ ਪਾਣਤੀ ਜੀ ਸਾਰੀ ਗੱਡੀ ਤਬਾਹ ਕਰਤੀ ਮੇਰੀ ਇਹਨਾਂ ਜੀ ਹਾਂਜੀ ਕਿਹੜੀ ਗੱਡੀ ਸੀ ਆਲਟੋ ਗੱਡੀ ਸੀ ਵੀਰ ਜੀ ਅੱਛਾ ਹਥਿਆਰ ਕੀ ਸੀ ਹਥਿਆਰ ਉਹਨਾਂ ਕੋਲ ਕਾਪੇ ਸੀਗੇ ਅਤੇ ਨਾਲ ਉੱਤੇ ਗਰਾਰੀਆਂ ਵੈਲਡਿੰਗ ਕੀਤੀ ਹੋਈ ਸੀ ਰੜਾਂ 'ਤੇ ਜੀ ਅਤੇ ਡਾਂਗਾਂ ਵੀ ਸੀਗੀਆਂ ਸੋਟੀਆਂ ਵੀ ਸੀਗੀਆਂ ਜੀ ਮਸਲਾ ਵੀਰ ਜੀ ਇਹਨਾਂ ਦਾ ਕੋਈ ਪੁਰਾਣਾ ਸੀਗਾ ਪਿੰਡ ਦਾ ਮਸਲਾ ਅਤੇ ਕੋਈ ਸੜਕ ਦਾ ਰੌਲਾ ਸੀਗਾ ਕੋਈ ਹੁਣ ਸ਼ੁਰੂ ਕੀਤੀ ਸੜਕ ਨਹੀਂ ਸੀ ਬਸ ਉਹੀ ਮਸਲਾ ਸੀ ਸਰ ਹਾਂਜੀ ਮਸਲਾ ਸੀ ਸਰ ਇਹਨਾਂ ਦੇ ਚਿੱਟੇ ਚੁੱਟੇ ਦਾ ਕੰਮ ਕਰਦੇ ਨੇ ਅਤੇ ਇਹ ਹੁਣ ਆਪਾਂ ਨੂੰ ਪਤਾ ਸਰਕਾਰ ਵੈਸੇ ਰੇਡਾਂ ਮਾਰ ਰਹੀ ਹੈ ਅਤੇ ਉਹਨਾਂ ਦੇ ਰੇਡ ਮਾਰੀ ਉਹ ਸਰਪੰਚ ਸਾਹਿਬ ਕਹਿੰਦੇ ਰੇਡ ਤੂੰ ਪਵਾਈਏ ਮੇਰੇ ਘਰੇ ਹਾਂਜੀ ਅਤੇ ਇਹ ਇੱਕ ਬੰਦੇ ਨੇ ਦੋ ਪਿੰਡ ਸਾਰੇ ਪਿੰਡ 'ਤੇ ਇੱਕ ਬੰਦੇ ਨੇ ਤਬਾਹ ਕੀਤੇ ਨੇ ਨਿਕਲੀ ਨੇ ਜੀ ਸਭ ਤੋਂ ਜ਼ਿਆਦਾ ਨਸ਼ਾ ਵੇਚ ਰਿਹਾ ਮੁੰਡਾ ਜੀ ਕਾਰਵਾਈ ਵੇਖੋ ਪੁਲਿਸ ਆਈ ਹੈ ਬਿਆਨ ਲੈ ਗਏ ਨੇ ਹੁਣ ਆਪ ਕਾਰਵਾਈ ਦਾ ਆਪਾਂ ਨੂੰ ਨਹੀਂ ਪਤਾ ਹੋਈ ਹੈ ਕਿ ਨਹੀਂ ਜੀ ਬਾਬਾ ਸੱਟਾਂ ਮਾਰੀਆਂ ਨੇ ਹਾਂਜੀ ਸੱਟਾਂ ਬਹੁਤ ਮਾਰੀਆਂ ਜੀ ਕਿੱਥੇ ਸੱਟਾਂ ਆਈਆਂ ਨੇ ਸਰਪੰਚ ਸਾਹਿਬ ਜੀ ਤੁਹਾਨੂੰ ਉਂਗਲ ਹੀ ਵੱਢਦੀ ਸੀ ਅਤੇ ਮੇਰੇ ਸਰ ਆਹ ਪਿੱਛੇ ਮਾਰੀਆਂ ਉਹਨਾਂ ਅਤੇ ਆਹ ਪੈਰ ਫ੍ਰੈਕਚਰ ਹੈ ਅਤੇ ਇੱਕ ਆਹ ਇੰਨਾ ਕੰਨੀ ਮੈਨੂੰ ਖਿੱਚੀ ਫਿਰ ਇਹਨੇ ਸਾਫਾ ਪਾ ਕੇ ਕੰਨੀ ਤੋਂ ਅੱਛਾ ਹਾਂਜੀ ਮੁੰਡੇ ਦੇ ਕਿੰਨੇ ਸੱਟਾਂ ਮੁੰਡੇ ਦੇ ਸੱਟਾਂ ਬਾਹਵਾਂ ਨੇ ਸਰ ਇਹਦੇ ਵੀ ਆ ਇਹ ਤਾਂ ਮੁੰਡੇ ਦੇ ਕੱਲ੍ਹ ਤਾਂ ਚੱਲ ਇਹਨੇ ਚੱਕ ਮਾਰੇ ਸੀ ਉਹਨਾਂ ਸੀ ਪੇਜ ਮੁੰਡੇ ਨੇ ਹੀ ਦਾਖਲ ਕਰਨ ਦਿੱਤਾ ਵੀ ਚੱਲ ਕੋਈ ਨਹੀਂ ਸੱਟ ਥੋੜ੍ਹੀ ਆ ਅੱਜ ਫਿਰ ਇਹ ਮੁੰਡਾ ਇੱਥੇ ਰੋਟੀ ਦੇ ਕੇ ਵਾਪਸ ਚੱਲੇ ਚਾਹ ਲੈਣ ਚੱਲੇ ਸੀ ਦੁਬਾਰਾ 3 ਵਜੇ ਦਾ ਟਾਈਮ ਸੀ ਇਹਨੂੰ ਫਿਰ ਉਹਨਾਂ ਰਸਤੇ 'ਚ ਘੇਰ ਲਿਆ ਅਤੇ ਇੱਥੇ ਰਸਤੇ 'ਚ ਨਾ ਬਹੁਤ ਕੁੱਟਿਆ ਫਿਰ ਇੱਥੇ ਮੁੰਡੇ ਸੀਗੇ ਉਹਨਾਂ ਨੂੰ ਕਾਲੇ ਨਹੀਂ ਭੇਜਿਆ ਪਰ ਉੱਥੇ ਪਿੰਡ ਵਾਲੇ ਮੌਕੇ ਸੀ ਉਹਨਾਂ ਛੜਾ ਛੜੂ ਲਿਆ ਅਤੇ ਇਹਨੂੰ ਵਾਪਸ ਫਿਰ ਇੱਥੇ ਲਿਆ ਕੇ ਐਡਮਿਟ ਕਰਾਇਆ ਅੱਜ ਫਿਰ ਬਸ ਸਹੀ ਇਨਸਾਫ ਦਿੱਤਾ ਜਾਵੇ ਸਾਨੂੰ ਔਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਇਹਨਾਂ ਗੁੰਡਾਗਰਦੀ ਬਹੁਤ ਫਲਾਈ ਹੋਈ ਹੈ ਜੀ ਕੱਲ੍ਹ ਨਵਾਂ ਸਤਕਲਾ ਪਿੰਡ ਪੈਂਦਾ ਪੈਂਦਾ ਉੱਥੋਂ ਸਰਪੰਚ ਹੈਗਾ ਦੋ ਵਾਰੀ ਸਰਪੰਚ ਰਿਹਾ ਹੈਗਾ ਉਹਦੇ 'ਚ ਉਹਨੇ ਕੱਲ੍ਹ ਨੂੰ ਉੱਥੇ ਲੜਾਈ ਉਹਦੇ ਪਿੰਡ ਕੋਈ ਪ੍ਰੋਗਰਾਮ ਮਿਲਿਆ ਸੀ ਉਸ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਉਹਨੂੰ ਕੁਝ ਬੰਦਿਆਂ ਨੇ ਘੇਰ ਕੇ ਉਹਦੇ ਸੱਟਾਂ ਮਾਰੀਆਂ ਸੀ ਉਹ 'ਚ ਉਹ ਬੰਦਾ ਹਸਪਤਾਲ ਦਾਖਲ ਹੋਇਆ ਸੀ ਉਹਦਾ ਅਸੀਂ ਬਿਆਨ ਲਿਖ ਕੇ ਥਾਣੇ ਸਦਰ ਫਾਜ਼ਿਲਕਾ ਵਿਖੇ ਮੁਕੱਦਮਾ ਦਰਜ ਕੀਤਾ ਹੈਗਾ ਕਿਹੜੀਆਂ ਤਰ੍ਹਾਂ ਦੇ ਜੋ ਨਵਾਂ ਲਾਅ ਹੈਗਾ ਨਵੇਂ BNS ਦੇ ਤਹਿਤ ਹੈਗੇ ਉਹਦੇ 'ਚ ਅਸੀਂ 191, 118, 115, 190, 196, 303 ਉਹ ਪਿੰਡ ਦਾ ਜੋ ਮੁੱਢਲੇ ਤੌਰ 'ਤੇ ਪਤਾ ਲੱਗਾ ਜੋ ਪਿੰਡ ਦਾ ਸਰਪੰਚ ਇਸ ਕਰਕੇ ਉਹ ਸਰਪੰਚ ਨੇ ਵਿਕਾਸ ਕੋਈ ਜੋ ਵਿਰੋਧੀ ਧਿਰ ਵਾਲੇ ਹੈਗੇ ਆ ਉਹ ਸਰੰਜ ਰੱਖ ਕੇ ਉਹਨਾਂ ਕੋਈ ਕੁੱਟਮਾਰ ਕੀਤੀ ਉਹਦੀ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਬਾਕੀ ਨਹੀਂ ਹਾਲਾਤ ਉਹਦੀ ਸਿਹਤ ਠੀਕ ਉਹਦਾ ਮੈਡੀਕਲ ਚੱਲ ਰਿਹਾ ਬਾਕੀ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਸਰ ਕੋਈ ਉਂਗਲ ਕੱਟੀ ਗਈ ਹੈ ਬਾਕੀ ਜੋ ਡਾਕਟਰ ਦੇ ਮੁਤਾਬਕ ਉਹਦੀ ਇੱਕ ਖੱਬੇ ਅੱਜ ਦੀ ਕੋਈ ਇੱਕ ਚੀਚੀ ਕੱਟੀ ਗਈ ਹੈ ਗ੍ਰਿਫਤਾਰੀ ਹੋਈ ਹੈ ਜੀ ਇਹਦੇ ਵਿੱਚ ਨਹੀਂ ਹਾਲ ਦੀ ਕੜੀ ਅਸਲੋਂ ਰੇਡ ਕੀਤੇ ਜਾ ਰਹੇ ਕੋਈ ਗ੍ਰਿਫਤਾਰੀ ਕੋਈ ਨਹੀਂ ਹੋਈ ਟੋਟਲ 9 ਬੰਦਿਆਂ ਦੇ ਖਿਲਾਫ ਮਾਮਲੇ ਕੋਲ ਟੋਟਲ 9 ਬੰਦੇ ਬਾਕੀ ਕੋਈ ਅਣਪਛਾਤੇ ਹੈ